हाँ दीपे, मैं हुणे आया। हाँ भूमिका, इत्थे ही आ, बस आ गए। ਧਰਮ, ਤੁਸੀਂ ਇਲੀਗਲ ਰਹਿੰਦੇ ਸੀ ਇੱਥੇ? ਧਰਮ ਧਰਮ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ। ਜੇ ਉਹ ਸ਼ਰੀਫ ਹੈ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਦੇ ਰੂਮ 'ਤੇ ਹੀ ਕਬਜ਼ਾ ਕਰ ਲਓ। ਹੀ ਇਜ਼ ਅ ਪ੍ਰੈਜ਼ੀਡੈਂਟ, ਪੂਰੀ ਓਪੋਜੀਸ਼ਨ ਦੀ ਨਜ਼ਰ ਉੱਤੇ ਟਿਕੀ ਆ ਉਹਦੀਆਂ ਕਮੀਆਂ ਲੱਭਣ ਲਈ, ਅਤੇ ਤੁਸੀਂ ਕੀ ਕਰ ਰਹੇ ਹੋ, ਉਹਨਾਂ ਨੂੰ ਮੌਕਾ ਦੇ ਰਹੇ ਹੋ? ਅਤੇ ਇਹ ਭਾਈ ਸਾਹਿਬ, ਮੈਂ ਸੁਣਿਆ ਤਾਂ ਸਟੂਡੈਂਟ ਵੀ ਨਹੀਂ ਹੈ ਇੱਥੇ। ਮੇਰੇ ਪਿੰਡੋਂ ਆ ਜੀ, ਅਸੀਂ ਇਕੱਠੇ ਪੜ੍ਹਦੇ ਹੁੰਦੇ ਸੀ। ਲੰਘੋਟੀ ਯਾਰ ਹਾਂ ਜੀ, ਸਕੂਲ ਟਾਈਮ ਤੋਂ। ਗੋਦ ਲੈ ਲਿਆ ਤੂੰ ਇਹਨੂੰ? ਭਰਾ ਹੈ ਮੇਰਾ। ਧਰਮ, ਤੁਸੀਂ ਦੋਨੋਂ ਹੁਣ ਮੋਹਿਤ ਦੇ ਰੂਮ ਦੇ ਆਸ ਪਾਸ ਵੀ ਨਹੀਂ ਦਿਖਣੇ ਚਾਹੀਦੇ, ਨਹੀਂ ਤਾਂ ਬਹੁਤ ਪ੍ਰੋਬਲਮਸ ਕ੍ਰੀਏਟ ਹੋਣਗੀਆਂ। ਦੈਟਸ ਵਾਟ ਦੇ ਵਾਂਟ। ਨਹੀਂ ਦਿਖਦੇ ਹੁਣ, ਇੱਕ ਵਾਰੀ ਤਾਂ ਅਸੀਂ ਵਾਪਸ ਪਿੰਡ ਹੀ ਜਾਵਾਂਗੇ। ਮਤਲਬ ਹੁਣ ਤੁਸੀਂ ਪਿੰਡ ਜਾਓਗੇ ਮੋਹਿਤ ਨੂੰ ਇੱਥੇ ਇਕੱਲਾ ਛੱਡ ਕੇ, ਤਾਂ ਕਿ ਉਹ ਮੁਸਟੰਡੇ ਫੇਰ ਉਹਦਾ ਉਹੀ ਹਾਲ ਕਰਨ? ਅਸੀਂ ਵੈਸੇ ਵੀ ਇੱਥੇ ਹੁਣ ਰਹਿ ਨਹੀਂ ਨਾ ਸਕਦੇ। ਪਰ ਤੁਹਾਡਾ ਦੋਸਤ ਹੈ ਧਰਮ,
ਲਿਸਨ ਟੂ ਮੀ ਧਰਮ, ਲਿਸਨ ਧਰਮ ਧਰਮ, ਮੈਂ ਤੇਰੇ ਨਾਲ ਗੱਲ ਕਰ ਰਹੀ ਹਾਂ। ਤੁਸੀਂ ਯੂਨੀਵਰਸਿਟੀ ਛੱਡ ਕੇ ਨਹੀਂ ਜਾ ਸਕਦੇ, ਮੋਹਿਤ ਨੂੰ ਤੁਹਾਡੀ ਲੋੜ ਹੈ। ਉਹ ਆਪਣੇ ਕਰਕੇ ਤਾਂ ਪ੍ਰੈਜ਼ੀਡੈਂਟ ਬਣਿਆ। ਓਕੇ ਗਾਈਸ, ਡੂ ਵਨ ਥਿੰਗ, ਜਦੋਂ ਤੱਕ ਘਰ ਦਾ ਕਿਤੇ ਹੋਰ ਇੰਤਜ਼ਾਮ ਨਹੀਂ ਹੁੰਦਾ, ਤੁਸੀਂ ਮੇਰੇ ਘਰ ਰਹਿ ਲਓ, ਠੀਕ ਹੈ? ਭੂਮਿਕਾ ਤੇਰੇ ਮਤਲਬ ਤੁਹਾਡੇ ਬਾਪੂ ਦੇ ਹੁੰਦੇ? ਡੈਡ, ਡੈਡ ਆਹੋ ਮੇਰੇ ਬਾਪੂ, ਐਂਡ ਹੀ ਇਜ਼ ਗੋਇੰਗ ਆਊਟ, ਯੂ ਗਾਈਸ ਕੈਨ ਸਟੇ। ਚਲੋ, ਕੀ ਕਰ ਸਕਦੇ ਹਾਂ, ਠੀਕ ਹੈ। ਹਾਂਜੀ, ਚਲੀ। ਸ਼ੁਰੂ ਕਰੋ ਬੇਟਾ। ਬੇਟਾ, ਤੁਸੀਂ ਇੱਥੇ ਬੇਫਿਕਰ ਹੋ ਕੇ ਜਦੋਂ ਮਰਜ਼ੀ ਤੱਕ ਰਹਿ ਸਕਦੇ ਹੋ। ਸਾਡਾ ਉੱਪਰ ਵਾਲਾ ਪੋਰਸ਼ਨ ਵੈਸੇ ਵੀ ਖਾਲੀ ਹੋਈ ਪਿਆ। ਜੀ ਆਂਟੀ ਜੀ। ਕਰੋ ਸ਼ੁਰੂ, ਕਿ ਕੁਛ ਹੋਰ ਚਾਹੀਦਾ? ਨਹੀਂ ਜੀ। ਸੈਲਡ ਜੀ, ਤਲਵਿੰਦਰ ਧਰਮਿਆ ਬਾਈ ਯਾਰ, ਮੈਨੂੰ ਤਾਂ ਨੀਂਦ ਨਹੀਂ ਆਉਂਦੀ ਯਾਰ, ਅੱਚ ਵੀ ਹੋਈ ਜਾਂਦੀ ਆ ਉਪਰੀ ਜਗ੍ਹਾ ਕਰਕੇ। ਉਪਰੀ ਜਗ੍ਹਾ? ਆਪਣੀ ਆਪਦੀ ਜਗ੍ਹਾ ਹੈ ਕਿਹੜੀ ਓਏ?
ਹਰ ਤੀਜੇ ਦਿਨ ਤਾਂ ਜੁੱਲੀ ਇਸ ਤਰ੍ਹਾਂ ਨਵੀਂ ਜਗ੍ਹਾ 'ਤੇ ਹੁੰਦਾ। ਨੀਂਦ ਨਹੀਂ ਆਉਂਦੀ ਇਹਨੂੰ। ਚੁੱਪ ਕਰਕੇ ਪੈ ਜਾ। ਅੱਜ ਰਾਤ ਦਾ ਟਾਈਮ ਟਪਾ ਦੇ ਯਾਰ, ਕੱਲ ਨੂੰ ਮੈਂ ਆਪਦਾ ਜੁਗਾੜ ਕਰ ਲੂੰ ਯਾਰ। ਇੱਥੇ ਪੁੰਜੇ ਚਮਚਾ ਡਿੱਗ ਪਏ ਨਾ, ਗੁਆਂਢ 'ਚ ਵੀ ਪਤਾ ਲੱਗ ਜਾਂਦਾ। ਇਹਨਾਂ ਦੀ ਹਰ ਥਾਂ 'ਤੇ ਤਾਂ ਕੈਮਰੇ ਲੱਗੇ, ਫੜੇ ਜਾਵਾਂਗੇ। ਅੱਗੇ ਕਿਤੇ ਫੜੇ ਗਏ ਆ। ਭਰਾਵਾ, ਲੋਕਾਂ ਤੋਂ ਹੀ ਸੁਣਦੇ ਸੀ ਚੰਡੀਗੜ੍ਹ ਪਹਾੜਾਂ ਦੀ ਗੋਚ ਹੈ, ਠੰਡਾ ਗਾ, ਖਾਸੀ ਠੰਡ ਹੋ ਜਾਂਦੀ ਹੈ ਰਾਤ ਨੇ ਜੀ, ਹੈ ਨਾ ਤਲਵਿੰਦਰਾ। ਜ਼ਿੰਦਗੀ ਤਾਂ ਇਹ ਲੋਕਾਂ ਦੀ ਹੈ। ਜਿਹੜੇ ਸ਼ਹਿਰ 'ਚ ਆਪਣੇ ਵਰਗਿਆਂ ਤੋਂ ਗਾਜ ਥਾਂ ਨਹੀਂ ਖਰੀਦੀਦਾ, ਪਤੰਦਰ ਦੋ ਦੋ ਕਿੱਲਿਆਂ 'ਚ ਕੋਠੀਆਂ ਛੱਤੀ ਬੈਠੇ ਨੇ ਉੱਥੇ। ਆਪਣੇ ਵਰਗੇ ਮਿਡਲ ਕਲਾਸ ਮੁੰਡੇ ਇਹਨਾਂ ਨੂੰ ਦੇਖ ਕੇ ਸ਼ੌਂਕ ਵੱਡੇ ਪਾਲ ਲੈਂਦੇ ਨੇ, ਮੁੜ ਕੇ ਸਾਰੀ ਉਮਰ ਪਿਸਦੇ ਨੇ ਘੁਣ ਵਾਂਗੂ। ਇਹਨਾਂ ਵਰਗੇ ਬਣਿਆ ਨਹੀਂ ਜਾਂਦਾ ਅਤੇ ਉਦੋਂ ਥੱਲੇ ਕੁਛ ਪੁੱਗਦਾ ਨਹੀਂ। ਦੀਪੇ, ਇਹ ਕੋਠੀਆਂ, ਇਹ ਕਾਰਾਂ, ਇਹ ਕੋਈ ਬਾਹਲਾ ਵੱਡਾ ਟਾਸਕ ਨਹੀਂ ਹੈਗਾ ਯਾਰ। ਬਸ ਬੰਦੇ ਦਾ ਇਰਾਦਾ ਸਾਫ਼ ਹੋਣਾ ਚਾਹੀਦਾ। ਇੱਕ ਵਾਰੀ ਪੋਸਟਰ 'ਤੇ ਆ ਜਾਣ ਦੇ, ਪਿੰਡ ਖੇਤ ਹਵੇਲੀ ਪਾਵਾਂਗੇ। ਹਾਂ ਚੱਕ ਚੱਟਾ।
ਕੱਢ ਤਾਂ ਦੇ। ਹਾਂ ਸ਼ਿਸ਼ਟਾਚਾਰ ਹੁੰਦਾ ਹੈ। ਬਾੜ ਪਾਉਂਦੀ ਜਾਂਦੀ ਆ ਓਏ, ਸੁੱਕੀ ਆ ਨਾ, ਚੱਲ ਛੱਡ ਯਾਰ। ਤਲਵਿੰਦਰ ਦੇਖਿਆ ਸਾਲੇ ਅਲਮਾਰੀ ਕਿਵੇਂ ਮਾੜੇ ਠੇਕੇ ਜਿੰਨੀ ਦਾਰੂ ਘਰ ਰੱਖੀ ਬੈਠੇ ਨੇ, ਭਰੀ ਫਿਰਦੇ ਨੇ। ਰੱਖ ਤਾਂ ਵੈਸੇ ਆਪਾਂ ਵੀ ਸਕਦੇ ਹਾਂ, ਪਰ ਬਿੱਲੀਆਂ ਸਰਾਣੇ ਦੁੱਧ ਜੰਮਦਾ ਨਹੀਂ ਨਾ। ਨਹੀਂ ਪਰ ਯਾਰ ਮੈਨੂੰ ਤਾਂ ਐਂ ਹੈਰਾਨੀ ਹੁੰਦੀ ਆ, ਇੰਨੀ ਦਾਰੂ ਕੋਲ ਰੱਖ ਕੇ ਸਫ਼ਰ ਕਿਵੇਂ ਕਰ ਲੈਂਦੇ ਆ, ਨਾਲੇ ਸਾਰਾ ਟੱਬਰ ਪੀਂਦਾ। ਮਾਲਕ ਹੀ ਜਾਣੇ ਭਰਾਵਾ। ਇੱਕ ਗੱਲ ਹੋਰ ਆ, ਆ ਲੀਵਰ ਜਿਹੜੇ ਟਰਾਂਸਪਲਾਂਟ ਹੁੰਦੇ ਹੁੰਦੇ ਨੇ ਬਰਨਾਲੇ ਨਹੀਂ ਮਸ਼ਹੂਰ ਆ ਜਾਂ ਬੱਸ ਅੱਡੇ, ਗੰਦੀਆਂ ਹੀ ਆ ਇਹਨਾਂ ਦੀ ਹੁੰਦੇ ਨੇ ਸਾਰਿਆਂ ਤੋਂ ਪਹਿਲਾਂ। ਇੱਕ ਤਰਾਸ ਦੀ ਵੀ ਆ ਤਲਵਿੰਦਰਾ ਇਹਨਾਂ ਦੀ। ਓਕੇ ਇਹ ਹਰੇਕ ਚੀਜ਼ ਲਿਆ ਤਾਂ ਆਪਦੀ ਮਰਜ਼ੀ ਨਾਲ ਸਕਦੇ ਆ, ਪਰ ਖਾ ਪੀ ਡਾਕਟਰ ਦੀ ਮਰਜ਼ੀ ਤੋਂ ਬਿਨਾਂ ਨਹੀਂ ਸਕਦੇ। ਇਹ ਤੂੰ ਮੰਨ ਤਰਸਤ। ਤੇ ਇੱਕ ਸਾਡੇ ਵਾਲੇ ਆ, ਪੂਰੇ ਜ਼ਿਲ੍ਹੇ ਦਾ ਗੁੜ ਘੋਲ ਘੋਲ ਪੀ ਗਏ ਪਤੰਦਰ ਪੀ ਕੇ ਪੀ। ਤੇ ਲਿਵਰ, ਲਿਵਰ ਹਲੇ ਵੀ ਮੁੱਛਾਂ ਚੜ ਚੜ ਲਲਕਾਰੇ ਮਾਰਦਾ ਵੀ ਲਿਆ, ਹੋਰ ਦੱਸ ਤੇਰੇ ਕੋਲ ਕੀ ਆ? ਹੁਣ ਤਾਂ ਇਹੀ ਆ ਲਿਵਰ ਵੀਰੇ, ਪੌਣੀ ਕ ਇਸੇ ਰੰਗ ਦਾ ਹੁੰਦਾ ਨਾ। ਇਹ ਨਹੀਂ ਪੜ੍ਹਾਈ ਦਾ, ਖਾਣ ਨੂੰ ਤਾਂ ਫੜ ਲਿਆ ਕੁਛ, ਤੇਰੀ ਤਾਂ ਭੂਮਿਕਾ ਨਾ ਵਧੀਆ ਨਾ। ਇਹ ਗੱਲ ਝੂਠ, ਆਪਣੀ ਇੱਕੋ ਨਾਲ ਨਹੀਂ ਕਿਰਨੀ, ਕਿਰਨੀ ਨੂੰ ਪਿਆਰ ਕਰਦਾ ਮਨ ਚਾਹੇ ਨਾ ਮਨ। ਦਾਲ ਚੋਂ ਕਾਲਾ ਕੁਛ ਨਿਕਲੂ ਤੇ ਨਿਕਲੂ ਵੀ ਜੈੱਡ ਬਲੈਕ, ਤੈਨੂੰ ਅੱਜ ਕਹਿਤਾ। ਕੋਈ ਕਾਲਾ ਕੁਲਾ ਨਹੀਂ ਹੈਗਾ, ਦਾਲ ਕੱਲੀ ਪੀਲੀ ਹੋਈ ਆ ਬਸ, ਸਮਝ ਗਿਆ? ਯਾਨੀ ਜੈਲੋ। ਹਾਂ ਪਾ ਪੈਗ। ਭੱਜ ਗਿਆ ਲੱਗਿਆ ਸਾਹੇ ਚਿੱਠੀ। ਉਹ ਤਾਂ ਜੀ ਅਸਲ 'ਚ ਉਹਨੂੰ ਪੋਲੀਟਿਕਸ ਪਸੰਦ ਹੀ ਨਹੀਂ ਸੀ ਅਤੇ ਉਹਦਾ ਪੜ੍ਹਾਈ 'ਚ ਧਿਆਨ ਵੀ ਨਹੀਂ ਸੀ ਲੱਗਦਾ, ਇਸੇ ਕਰਕੇ ਇਹ ਤਾਂ ਜੀ ਬਹੁਤ ਬੁਰਾ ਹੋਇਆ ਤੁਹਾਡੇ ਲਈ ਅਤੇ ਪਾਰਟੀ ਲਈ ਵੀ। ਚਲੋ ਆਪਾਂ ਤਾਂ ਕਲਾਸ ਚੱਲੀਏ ਦੀਪੇ। ਭੂਮਿਕਾ ਅਸਲ 'ਚ ਗਲਤੀ ਇਹਨਾਂ ਦੀ ਨਹੀਂ ਆ, ਆਪਣੀਆਂ। ਇਹਨਾਂ ਨੇ ਤਾਂ ਬਸ ਆਪਣੇ ਨਾਲ ਵਕਤੀ ਖਿੱਚ ਕੱਢਣੀ ਸੀ ਅਤੇ ਆਪਾਂ ਇਹਨਾਂ 'ਤੇ ਨਿਰਭਰ ਹੋਣ ਲੱਗ ਪਏ। ਹਾਂ ਉਹਨੂੰ ਲੋੜ ਕਹਿੰਦੀ ਵੀ ਗਾਇਜ਼, ਇਹ ਟਾਈਮ ਲੜਨ ਦਾ ਨਹੀਂ ਗਾ, ਮੋਹਿਤ ਨੂੰ ਕਿਸੇ ਵੀ ਹਾਲ 'ਚ ਵਾਪਸ ਲੈ ਕੇ ਆਉਣਾ ਪੈਣਾ। ਜੇ ਇਹ ਗੱਲ ਬਾਹਰ ਚਲੀ ਗਈ ਨਾ ਤਾਂ ਇਲੈਕਸ਼ਨਸ ਦੁਬਾਰਾ ਹੋਣਗੇ ਅਤੇ ਇਹ ਸਾਡੇ ਲਈ ਠੀਕ ਨਹੀਂ ਹੈ। ਧਰਮ ਲਾਸਟ ਟਾਈਮ ਪਲੀਜ਼ ਇੱਕ ਹੈਲਪ ਕਰ ਦੇ, ਉਹਨੂੰ ਕਿਸੇ ਵੀ ਤਰ੍ਹਾਂ ਵਾਪਸ ਲਿਆ। ਉਹ ਤਾਂ ਕੋਈ ਗੱਲ ਨਹੀਂ ਜੀ, ਜੇ ਘਰੋਂ ਕੱਢਦਾ ਪਿੰਡ ਮੁੜਨਾ ਪਊ। ਪੈਸੇ ਹੈਗੇ ਅਸਲ 'ਚ ਭੂਮਿਕਾ, ਉਹ ਕੋਈ ਪ੍ਰੋਬਲਮ ਨਹੀਂ ਹੈਗੀ, ਸਾਡੇ ਖੱਬੇ ਹੱਥ ਦੀ ਖੇਡ ਹੈ। ਪਰ ਅਸਲ 'ਚ ਜਦੋਂ ਦਾ ਕੋਵਿਡ ਆਇਆ ਜੀ, ਤੁਹਾਨੂੰ ਪਤਾ ਸਾਰੀ ਦੁਨੀਆ ਦਾ ਬਿਜ਼ਨਸ ਹੀ ਬਹੁਤ ਕ੍ਰਾਈਸਿਸ 'ਚ ਆ ਗਿਆ ਅਤੇ ਇਨਕਲੂਡਿੰਗ ਅਸ। ਹਾਂ ਅਸੀਂ ਵੀ ਬਹੁਤ ਕ੍ਰਾਈਸਿਸ 'ਚ ਹਾਂ ਫਾਈਨੈਂਸ਼ਲੀ, ਅਤੇ ਇੰਡੀਆ ਦਾ GDP ਵੀ ਬਹੁਤ ਡਿੱਗ ਪਿਆ, ਮੈਂ ਦੇਖਿਆ ਸੀ। ਇੰਡੀਆ ਦੀ GDP ਡਿੱਗ ਪਈ ਤਾਂ ਸਾਡੀ ਸਾਨੂੰ ਮਰੀ ਗਈ ਨਾ। ਇਹਨੂੰ ਆਪਣੇ ਦਿਮਾਗ ਤਰ੍ਹਾਂ ਯੂਜ਼ ਕਰਨਾ,
ਤੁਸੀਂ ਦੋਵਾਂ ਨੇ ਪਾਸਵਰਡ ਤਾਂ ਦੱਸ ਦਿਓ ਕਿ ਟੈਪ ਹੈ ਵਟਸਐਪ ਕਰ ਦੇਣਗੇ ਨਾ ਥੈਂਕਸ ਭੂਮਿਕਾ ਜੀ ਮੋਹਿਤ ਮਿਲੇਗਾ ਜ਼ਰੂਰ ਮਿਲੇਗਾ ਉਹ ਵੀ ਜ਼ਿੰਦਾ ਦੀਪੇ ਚਲ ਵੈਸੇ ਬਗਾਨੇ ਪੈਸਿਆਂ 'ਤੇ ਚੁੱਟੀਆਂ ਬਣਾਉਣ ਦਾ ਸਵਾਦ ਵੀ ਆਉਂਦਾ ਹੀ ਹੁੰਦਾ ਮੈਨੂੰ ਕਹਿੰਦਾ ਯਾਰ ਓਏ ਮੈਂ ਕਹਿੰਦਾ ਵੀ ਇਹ 'ਚ 20,000-30,000 ਤਾਂ ਹੋਊਗਾ ਹੀ ਯੈਸ ਠਾਕੁਰ ਸਾਹਿਬ ਗੱਬਰ ਮਿਲੇਗਾ ਔਰ ਵੋ ਵੀ ਜ਼ਿੰਦਾ ਉਦੋਂ ਤਾਂ ਬਾਈ ਕਹਿਤਾ ਉੱਥੇ ਇੰਨਾ ਠੋਕ ਕੇ ਹੁਣ ਐਡੇ ਪਹਾੜਾਂ 'ਚੋਂ ਮੋਹਿਤ ਨੂੰ ਲੱਭਣਾ ਕਿਵੇਂ ਹੈ ਇਹ ਸੋਚੀਏ ਮੋਹਿਤ ਮੋਤ ਤਾਂ ਬਾਈ 3600 ਤੁਰੇ ਫਿਰਦੇ ਆ ਪਹਾੜਾਂ 'ਚ ਦੀਪੇ ਸ਼ਿਮਲੇ ਦੇ ਲੱਕੜ ਬਾਜ਼ਾਰ ਦੇ ਕਰਿਆਨਾ ਸਟੋਰ ਵਾਲਾ ਮੋਤ ਯੇ ਹਸੀ ਵਾਦੀਆਂ ਯੇ ਕੁਲਾ ਆਸਮਾਂ ਮੇਰੀ ਜਾਨ ਮੇਰੀ ਜਾਨ ਮੇਰੀ ਤੇ ਹਾਂ ਗਰਮ ਕੱਪੜੇ ਚੱਕ ਲਈ ਰਹਿਣਾ ਵੀ ਪੈ ਸਕਦਾ ਠੰਡ ਹੋਊ ਨਾ ਉੱਥੇ ਹੋਰ ਨਜ਼ਾਰੇ ਕਮਿੰਗ ਸੂਨ ਜੀ ਲੱਭ ਗਿਆ ਆਫਟਰ ਖੱਜਲ ਖਵਾਰੀ ਮੋਹਿਤ ਦਾ ਕਰਿਆਨਾ ਸਟੋਰ ਆਓ ਵਾਹ ਜੀ ਵਾਹ ਹੋ ਗਿਆ ਠੰਡ ਠੰਡ ਗੋਪਾਲ ਇਹ ਤਾਂ ਬੰਦ ਆ ਹੁਣ ਸੰਡੇ ਆ ਨਾ ਸ਼ਾਇਦ ਮਾਰਕੀਟ ਬੰਦ ਹੁੰਦੀ ਹੈ ਲੋਕਾਂ ਦੀਆਂ ਜੜ੍ਹਾਂ 'ਚ ਸ਼ਨੀ ਬੈਠਦਾ ਸਾਡੇ ਐਤਵਾਰ ਹੀ ਬੈਠ ਗਿਆ ਪਰ ਹੁਣ ਇਹਨੂੰ ਲੱਭਣਾ ਕਿਵੇਂ ਆ ਬਾਈ ਜੇ ਦੁਕਾਨ ਢੂੰਢ ਲਈ ਹੈ ਤਾਂ ਘਰ ਵੀ ਢੂੰਢ ਲੈਂਗੇ ਯਹੀਂ ਕਹੀਂ ਹੋਗਾ ਚੱਲ ਮੇਰੇ ਸਾਥ ਬਾਈ ਛੋਲੀ ਚੱਲਦੀ ਆ ਹਿਮਾਚਲ 'ਚ ਵੀ ਬਾਤ ਦੇਖੀ ਪਰੇ ਮਾਰੀ ਤੈਨੂੰ ਵੀ ਲੱਗਿਆ ਨਾ ਮੌਤ 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 ਮ
ਬਹੁਤ ਓਹੀ ਹੈ ਸਾਡਾ ਸ਼ਿਕਾਰ ਪ੍ਰਧਾਨ ਸਾਹਿਬ ਉਹ ਖੜ ਜਾ ਉਹ ਰੁਕ ਜਾ ਸੌ ਰਿਹਾ ਪਹਿਲੀ ਹੀ ਬਾਤ ਹੈ ਉਹ ਮੌਤ 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 ਓਏ ਓਏ ਪ੍ਰਧਾਨ ਕੀ ਕਿੱਥੇ ਗਈ ਓਏ ਆ ਕੀ ਕਰਾ ਲਿਆ ਅਰੇ ਯਾਰ ਭਈਆ ਭਈਆ ਵੀ ਆ ਗਏ ਰਾਤ ਨੂੰ ਇੱਥੇ ਖਾਸੀ ਠੰਡ ਹੋ ਜਾਂਦੀ ਹੈ ਯਾਰ ਹਾਂਜੀ ਭਈਆ ਗੱਲ ਸੁਣ ਉਹ ਤੂੰ ਮੌਤ ਓਏ ਤੂੰ ਤਾਂ ਜਮਾ ਹੀ ਨਰਮੋਆ ਹੋਈ ਜਾਂਦਾ ਯਾਰ ਮੂਹਰੇ ਮੂਹਰੇ ਭੱਜ ਲਿਆ ਅਰੇ ਮੋਹਿਤ ਬੇਟਾ ਦੋਸਤੋ ਕੋ ਰਮ ਨਹੀਂ ਪਿਲਾਓਗੇ ਲੋ ਪਿਲਾਓ ਇਹਨੇ ਸ਼ਿਮਲਾ ਕੀ ਰਮ ਬਾਹੂ ਜੀ ਇਸਕੀ ਕਿਆ ਜ਼ਰੂਰਤ ਥੀ ਅਰੇ ਬੇਟਾ ਮੈਂ ਬੁੜਾ ਜ਼ਿਆਦਾ ਦੇਰ ਤੁਮ ਲੋਗੋਂ ਕੇ ਬੀਚ ਮੇਂ ਨਹੀਂ ਰਹੂੰਗਾ ਠੀਕ ਹੈ ਆਪ ਲੋਗ ਬੈਠੋ ਅਰੇ ਕੈਸੀ ਬਾਤੇਂ ਕਰ ਰਹੇ ਹੈ ਬਾਬੂ ਜੀ ਕਿਸਮਤ ਵਾਲੋਂ ਕੋ ਮਿਲਤੀ ਹੈ ਬਜ਼ੁਰਗੋਂ ਕੀ ਕੰਪਨੀ ਬੇਟਾ ਯੇ ਤੋ ਕੁਛ ਵੀ ਨਹੀਂ ਹੈ ਅਰੇ ਤੁਮ ਲੋਗ ਮੋਹਿਤ ਕੇ ਦੋਸਤ ਹੋ ਉਹ ਮੇਰਾ ਬੇਟਾ ਹੈ ਔਰ ਮੇਰੇ ਬੇਟੇ ਕੇ ਦੋਸਤ ਮੇਰੇ ਬੇਟੇ ਜੈਸੇ ਹੋਏ ਨਾ ਹੈ ਅੱਛਾ ਮੈਂ ਤੁਹਾਰੇ ਲਈ ਖਾਣੇ ਮੈਂ ਕੁਛ ਸ਼ਿਮਲਾ ਸਪੈਸ਼ਲ ਬਨਵਾਤਾ ਹੂੰ ਠੀਕ ਹੈ ਤਬ ਤੱਕ ਆਪ ਕਰੋ ਇੰਜੋਏ ਲੋ ਦੀਪਾ ਭਈਆ ਆਪ ਕੈਸੇ ਢੀਲੇ ਸੇ ਬੈਠੇ ਹੋ ਬਸ ਹੁਣੀ ਕਰ ਦਿੰਦੇ ਹਾਂ ਕੰਮ ਟੈਟ ਚੂੜੀ ਹੈ ਮੋਹਿਤ ਤੂੰ ਇਕੱਲਾ ਭਰਾ ਹੀ ਹੈ ਨਹੀਂ ਭਈਆ ਮੇਰਾ ਭਾਈ ਮੁਝਸੇ 10 ਸਾਲ ਬੜਾ ਥਾ ਉਹ ਜੋ ਸਾਹਮਣੇ ਆਪ ਪਹਾੜ ਦੇਖ ਰਹੇ ਹੋ ਨਾ ਵਹਾਂ ਪਰ ਨਾ ਉਹ ਰੋਜ਼ ਕ੍ਰੋਸ ਕੰਟਰੀ ਲਗਾਨੇ ਜਾਤਾ ਔਰ ਮੁਝੇ ਨਾ ਸਾਥ ਲੈ ਜਾਤਾ ਭਈਆ ਮੇਰਾ ਭਾਈ ਬਹੁਤ ਸਟਰੋਂਗ ਥਾ ਮੈਂ ਜਲਦੀ ਥੱਕ ਜਾਤਾ ਤੋ ਵੋ ਮੁਝੇ ਕਿਸੀ ਦੁਕਾਨ ਪੇ ਜਾਂ ਚੌਰਾਹੇ ਪੇ ਬਿਠਾ ਦੇਤਾ ਔਰ ਵਾਪਸੀ ਪੇ ਆਤਾ ਹੁਆ ਮੁਝੇ ਸਾਥ ਘਰ ਲੈ ਆਤਾ ਭਈਆ ਉਸਕੀ ਮਿਹਨਤ ਰੰਗ ਵੀ ਲਾਈ ਔਰ ਉਸਕਾ ਆਰਮੀ ਮੇਂ ਸਿਲੈਕਸ਼ਨ ਹੋ ਗਿਆ ਮੇਰੀ ਐਜੂਕੇਸ਼ਨ ਕਾ ਖਰਚਾ ਘਰ ਪਰਿਵਾਰ ਕਾ ਖਰਚਾ ਸਭ ਮੇਂ ਵੋ ਮੰਮਾ ਪਾਪਾ ਕਾ ਹਾਥ ਬਟਾਤਾ ਹਮਾਰਾ ਛੋਟਾ ਸਾ ਪਰਿਵਾਰ ਥਾ ਔਰ ਹਮ ਬਹੁਤ ਖੁਸ਼ ਥੇ ਇੱਕ ਦਿਨ ਪੁਲਵਾਮਾ ਅਟੈਕ ਕੀ ਖਬਰ ਆਈ ਔਰ ਮੇਰਾ ਭਾਈ ਭਈਆ ਮੇਰੇ ਪਾਪਾ ਕਾ ਨਾ ਇੱਕ ਸਪਨਾ ਥਾ ਕਿ ਮੈਂ ਅੱਛੀ ਐਜੂਕੇਸ਼ਨ ਲੂੰ ਔਰ ਇੱਕ ਅੱਛੀ ਗੌਰਮੈਂਟ ਜੋਬ ਲੂੰ ਜਿਸ ਮੇਂ ਜਾਨ ਕਾ ਰਿਸਕ ਨਾ ਹੋ ਇਸੀ ਲਈ ਉਹਨਾਂ ਨੇ ਮੁਝੇ ਯੂਨੀਵਰਸਿਟੀ ਭੇਜ ਦਿਆ ਔਰ ਮੈਂ ਤਾਂ ਯੂਨੀਵਰਸਿਟੀ ਪੜ੍ਹਨੇ ਹੀ ਆਇਆ ਥਾ ਨਾ ਮੌਤ ਤੇਰਾ ਬਾਪੂ ਸਹੀ ਕਹਿੰਦਾ ਯਾਰ ਤੈਨੂੰ ਪੜ੍ਹਨਾ ਹੀ ਚਾਹੀਦਾ ਤੇ ਸੋਰੀ ਯਾਰ ਸਾਡੀ ਵਜ੍ਹਾ ਕਰਕੇ ਤੈਨੂੰ ਇੰਨਾ ਕੁਛ ਚੱਲਣਾ ਪਿਆ ਮੌਤ ਪਰ ਯੂਨੀਵਰਸਿਟੀ 'ਚ ਤੇਰੇ ਤੋਂ ਬਿਨਾਂ ਚਾਹ ਦਾ ਸਵਾਦ ਨਹੀਂ ਆਉਂਦਾ ਇਹ ਗੱਲ ਤਾਂ ਹੈਗੀ ਆ ਅੱਜ ਇੱਕ ਤੇਰਾ ਲਾਂਭਾ ਹੋਰ ਵੀ ਲਾਤਾ ਯਾਰ ਦਿਲ 'ਤੇ ਭਾਰੀ ਬਣਿਆ ਪਿਆ ਸੀ ਕਿਆ ਭਈਆ ਬਸ ਤੂੰ ਖੁਸ਼ ਹੋਵੇਂਗਾ ਯਾਰ ਅਰੇ ਭਈਆ ਅਰੇ ਥੈਂਕ ਯੂ ਭਈਆ ਤੈਨੂੰ ਕਿਹਾ ਸੀ ਨਾ ਸਾਡਾ ਜੱਟਾਂ ਦਾ ਰੋਜ਼ ਦਾ ਕੰਮ ਹੈ ਤਰ ਲਿਆ ਛੁੜਾ ਲਿਆ ਤਰ ਲਿਆ ਛੁੜਾ ਲਿਆ ਥੈਂਕ ਯੂ ਸੰਭਾਲ ਕੇ ਰੱਖੀ ਹੁਣ ਚੱਕੋ ਯਾਰ ਚੱਕੋ
है तो शिमला स्पेशल यार। थैंक यू बाबूजी, आपने और माताजी ने इतनी सेवा की, हम कभी नहीं भूलेंगे। भाई थैंक यू बोल के पराया मत करो। अरे आप लोगों का अपना घर है, जब जी चाहे चले आया करो मोहित के साथ छुट्टियों में। ठीक है जी, ठीक है, चलते हैं हम। जीते रहो। चंगा माताजी। ठीक, जीते रहो। ठीक है मोहित, नमस्ते, मिलते हैं। अरे भाई जी हैरान मत होइए, प्रधानगी उगने में तो थोड़ा वक्त लगेगा, लेकिन प्रधान तो आपके साथ चलेगा। वाह प्रधाना, चल फिर, चलो चलता हूँ। जदों जंगा जतनिया होन तो दुश्मन दियां फौजां दा अफसोस नहीं मनाईदा। चंडीगढ़ तो एक वीडियो वायरल हो रही है जिस विच रेव पार्टी ऑर्गेनाइज करते दिखाई दे रहे हैं चंडीगढ़ के मशहूर इंडस्ट्रियलिस्ट विजय कटारिया ते उनां दी पत्नी नीलम कटारिया। यूनिवर्सिटी के स्टूडेंट्स का इल्जाम है कि यह परिवार अपने पैसों के दम से यूनिवर्सिटी के इलेक्शन भी मैनिपुलेट करता रहा है। ਇਹਨਾਂ ਦੀ ਬੇਟੀ ਭੂਮਿਕਾ ਕਟਾਰੀਆ ਤੇ ਯੂਨੀਵਰਸਿਟੀ ਦੇ ਇਲੈਕਸ਼ਨਸ ਨੂੰ ਮੈਨੀਪੂਲੇਟ ਕਰਨ ਦਾ ਇਲਜ਼ਾਮ ਹੈ, ਜੋ ਕਿ ਯੂਨੀਵਰਸਿਟੀ ਦੀ ਐਕਸ ਪ੍ਰੈਜ਼ੀਡੈਂਟ ਹੈ ਤੇ ਇਸ ਵਾਰ ਵੀ ਉਸਨੇ ਆਪਣੀ ਪਾਵਰ ਦੇ ਦਮ ਤੇ ਯੂਨੀਵਰਸਿਟੀ ਦੇ ਇਲੈਕਸ਼ਨਸ ਲਈ ਆਪਣੀ ਹੀ ਪਾਰਟੀ ਦੇ ਮੋਹਿਤ ਚੰਦੇਲ ਨੂੰ ਪ੍ਰੈਜ਼ੀਡੈਂਟ ਬਣਾਇਆ ਹੈ। ਇਹ ਵੀ ਇਲਜ਼ਾਮ ਹੈ ਕਿ ਭੂਮਿਕਾ ਨੇ ਆਪਣੀ ਪਾਰਟੀ ਦਾ ਦਬਦਬਾ ਬਣਾਏ ਰੱਖਣ ਲਈ ਕੁਛ ਮੁੰਡੇ ਆਪਣੇ ਘਰ ਵਿੱਚ ਹੀ ਰੱਖੇ ਹੋਏ ਹਨ। ਇਸੇ ਸਾਲ ਐਡਮਿਸ਼ਨ ਲੈਣ ਵਾਲੇ ਧਰਮਿੰਦਰ ਤੇ ਦੀਪਾ ਨਾਂ ਦਾ ਨੌਜਵਾਨ ਭੂਮਿਕਾ ਕਟਾਰੀਆ ਦੀ ਫੈਮਿਲੀ ਦੇ ਕਲੋਜ਼ ਦੱਸੇ ਜਾ ਰਹੇ ਹਨ। ਇਹ ਦੋਵੇਂ ਹੋ ਸਕਦਾ ਹੈ ਕਿ ਡਰੱਗ ਰੈਕੇਟ ਦਾ ਹਿੱਸਾ ਹੋਣ। ਚੰਡੀਗੜ੍ਹ ਪੁਲਿਸ ਦਾ ਬਿਆਨ ਹੈ ਕਿ ਜਾਂਚ ਪੜਤਾਲ ਜਾਰੀ ਹੈ ਤੇ ਕਾਨੂੰਨ ਤਹਿਤ ਦੀ ਸਾਰੀ ਕਾਰਵਾਈ ਕੀਤੀ ਜਾਏਗੀ।
ਸਾਡੇ ਵਾਲੇ ਇਹ ਸੀ 10ਵਾਂ ਐਪੀਸੋਡ ਇਸ ਸੀਜ਼ਨ ਦਾ, ਯਾਨੀ ਕਿ ਲਾਸਟ ਐਪੀਸੋਡ, ਪਰ ਇਹ ਸੀਜ਼ਨ ਦਾ ਐਪੀਸੋਡ ਲਾਸਟ ਸੀਗਾ, ਇਹ ਸੀਰੀਜ਼ ਖਤਮ ਨਹੀਂ ਹੋਈ। ਇਸ ਸੀਜ਼ਨ ਦੇ ਚੱਲਦੇ ਜਦੋਂ ਤੁਸੀਂ ਕਮੈਂਟ ਕਰਦੇ ਸੀ ਤਾਂ ਤੁਹਾਡੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਸੀ, ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਸ਼ਿਕਾਇਤ ਇਹ ਸੀ ਕਿ ਐਪੀਸੋਡ ਬਹੁਤ ਛੋਟੇ ਆ, ਇਹ ਟੈਕਨੀਕਲ ਚੀਜ਼ਾਂ ਗੀਆਂ ਜਿਹੜੀਆਂ ਹੁਣ ਤੁਸੀਂ, ਅਸੀਂ ਨੋਟ ਕਰ ਲਈਆਂ ਆਪਦੇ ਫੋਨ ਦੇ ਵਿੱਚ, ਮੈਂ ਆਪਦੇ ਨੋਟਸ ਦੇ ਵਿੱਚ ਹਮੇਸ਼ਾ ਨੋਟ ਕਰਦਾ ਜੀ ਤੁਹਾਡੇ ਕਮੈਂਟਸ ਦੇ ਵਿੱਚ ਜੋ ਵੀ ਸ਼ਿਕਾਇਤਾਂ ਹੁੰਦੀਆਂ ਸੀ। ਤਾਂ ਇਹ ਟੈਕਨੀਕਲ ਚੀਜ਼ਾਂ ਜਿਸ ਬੰਦੇ ਦੀ ਸਭ ਤੋਂ ਵੱਧ ਮਿਹਨਤ ਲੱਗੀ ਆ ਇਸ ਸੀਜ਼ਨ ਦੇ ਉੱਤੇ, ਇਸ ਸੀਰੀਜ਼ ਦੇ ਉੱਤੇ, ਉਹ ਮੇਰੇ ਨਾਲ ਹੈ, ਯਾਨੀ ਕਿ ਮੇਰਾ ਡਾਇਰੈਕਟਰ ਡਿੰਪਲ ਭੁੱਲਰ। ਟੈਕਨੀਕਲ ਚੀਜ਼ਾਂ ਡਿੰਪਲ ਸਮਝਾਊਗਾ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਾਈ ਨੇ ਵੈਸੇ ਐਕਸਪਲੇਨ ਕਰ ਹੀ ਦਿੱਤਾ, ਮਿਹਨਤ ਮੇਰੀ ਇਹਨਾਂ ਦਾ ਉਹ ਹੈ ਕਿ ਮੈਨੂੰ ਕਰਦੇ ਰਹਿੰਦੇ ਆ, ਪੁਸ਼ ਮਾਰਦੇ ਰਹਿੰਦੇ ਆ, ਮਿਹਨਤ ਸਾਰਿਆਂ ਦੀ ਲੱਗੀ ਆ, ਬਾਈ ਦੀ ਬਹੁਤ ਲੱਗੀ ਆ, ਰਾਈਟਿੰਗ ਦੇ ਵਿੱਚ ਗੱਲਬਾਤ ਸਾਰਿਆਂ ਦੀ, ਸਾਰੀ ਟੀਮ ਦੀ। ਬਾਕੀ ਤੁਹਾਡਾ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਥੈਂਕ ਯੂ, ਤੁਸੀਂ ਸਾਨੂੰ ਬਹੁਤ ਹੌਸਲਾ ਦਿੱਤਾ ਕਿ ਅਸੀਂ ਸੈਕਿੰਡ ਸੀਜ਼ਨ ਬਾਰੇ ਸੋਚੀਏ, ਕਿਉਂਕਿ ਜਿਹੜਾ ਬਾਈ ਨੇ ਜਿਵੇਂ ਗੱਲ ਕੀਤੀ ਹੈ ਕਿ ਤੁਸੀਂ ਅੱਧੇ ਘੰਟੇ ਦੇ ਐਪੀਸੋਡ ਨੂੰ ਵੀ, ਸਾਨੂੰ ਪਹਿਲੀ ਵਾਰ ਸਾਨੂੰ ਗਾਲਾਂ ਚੰਗੀਆਂ ਲੱਗ ਰਹੀਆਂ ਸੀਗੀਆਂ ਵੀ ਤੁਸੀਂ ਕੱਢ ਰਹੇ ਸੀ ਕਿ ਐਪੀਸੋਡ ਵੱਡੇ ਹੋਣੇ ਚਾਹੀਦੇ ਆ। ਸੋ ਇਸ ਵਾਰ ਜਿਹੜਾ ਅਗਲਾ ਜਿਹੜਾ ਸਾਡਾ ਸੀਜ਼ਨ ਹੋਊਗਾ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ, ਕੋਸ਼ਿਸ਼ ਕੀ ਸਾਡਾ ਹੈਗਾ ਹੀ ਆ ਟੀਚਾ ਕਿ ਅਸੀਂ 40 ਤੋਂ 45 ਮਿੰਟ ਦੇ ਘੱਟੋ ਘੱਟ ਐਪੀਸੋਡ ਬਣਾਈਏ, ਉਸ ਤੋਂ ਵੱਡੇ ਹੋ ਸਕਦੇ ਛੋਟੇ ਨਹੀਂ ਰੱਖਾਂਗੇ। ਸੋ ਤਿਆਰੀ ਨਾਲ ਆਵਾਂਗੇ, ਹੋਰ ਤੁਹਾਨੂੰ ਐਂਟਰਟੇਨ ਕਰਾਂਗੇ, ਮਿਆਰ ਜਿਹੜਾ ਬਰਕਰਾਰ ਰੱਖਾਂਗੇ ਜਿੰਨਾ ਕਿ ਅਸੀਂ ਟਰਾਈ ਕੀਤਾ ਅਚੀਵ ਕਰਨ ਦਾ। ਬਾਕੀ ਅਤੇ ਮੈਂ ਸਭ ਤੋਂ ਮੇਨ ਗੱਲ ਇਹ ਕਹਿਣੀ ਸੀਗੀ ਵੀ ਸੱਚੀ ਤੁਹਾਡੇ ਕਮੈਂਟ ਬਹੁਤ ਇੰਪੋਰਟੈਂਟ ਹੁੰਦੇ ਆ। ਡਰਮ ਸਟ੍ਰਿੰਗ ਰੈਕੋਰਡ ਦੇ ਯੂਟਿਊਬ ਚੈਨਲ ਦੇ ਉੱਤੇ ਹੁਣ ਪੂਰਾ ਸੀਜ਼ਨ ਆ ਚੁੱਕਿਆ, ਤੁਸੀਂ ਕਹਿੰਦੇ ਹੁੰਦੇ ਸੀਗੇ ਵੀ ਤੋੜ ਤੋੜ ਕੇ ਬਾਈ ਪਿਛਲਾ ਯਾਦ ਨਹੀਂ ਰਹਿੰਦਾ, ਹੁਣ ਤੁਸੀਂ ਸਾਰਾ ਇੱਕ ਵਾਰੀ ਫੁੱਲ ਸੀਜ਼ਨ ਦੇਖ ਸਕਦੇ ਹੋ, ਅਤੇ ਅਸੀਂ ਅਗਲੇ ਸੀਜ਼ਨ ਦੀ ਤਿਆਰੀ ਵਿੱਚ ਲੱਗਦੇ ਹਾਂ ਅਤੇ ਜਲਦੀ ਸ਼ੂਟਿੰਗ ਸਟਾਰਟ ਕਰਾਂਗੇ। ਸਕ੍ਰਿਪਟ ਆਲਮੋਸਟ ਰੈਡੀ ਆ, ਅਤੇ ਰੈਡੀ ਰਹੋ ਸੈਕਿੰਡ ਸੀਜ਼ਨ ਲਈ। ਡ੍ਰੀਮਲੈਂਡ ਇੱਕ ਸ਼ਹਿਰ ਸੁਪਨਾ ਜਲਦੀ ਐਕਟਰ ਨੇ ਜਿੱਥੇ ਸ਼ਹਿਰ ਦੇ ਵਿੱਚ ਇੱਕ ਸ਼ਹਿਰ ਖੜਾ ਯਾਰ ਖੜੇ ਕਿਤੇ ਵੈਰ ਖੜਾ ਗੱਲ